ਸਿਰ ਲਾਹੀ ਲਾਉਂਦਾ ਨੋਟ ਬੰਬੂ ਕੱਟ ਤੇ। ਮੈਂ ਕਹਿੰਦਾ ਕਿ ਮੈਂ ਏਜੰਸੀ 'ਚ ਗੇੜੇ ਵਾਹਵਾ ਮਾਰੇ ਨੇ, ਲੇਕਿਨ ਸੁੱਖ ਨਾਲੇ ਹੁਣ 2 ਲੱਖ ਪਾਰ ਕਰ ਗਿਆ ਤੇ ਕਲਾਸਿਕ ਜਿਹੜਾ ਹੈ ਮੈਨੂੰ ਲੱਗਦਾ 3.5 ਤੱਕ ਵੀ ਜਾਂਦਾ ਹੋਣਾ। ਬਿਲਕੁਲ ਬਾਈ, ਕੋਈ ਹੁੰਦਾ ਨਾ ਕਿ ਮਿਸਤਰੀ ਲੈਣ ਦਾ, ਵੀਰ ਨੂੰ ਪਹਿਲਾਂ ਹੀ ਕਹਿਤਾ ਵੀ ਜਿਹੜਾ ਬੁਲਟਾਂ ਦਾ ਕੋਈ ਡਾਕਟਰ ਹੈ ਤੁਹਾਡੇ ਨੇੜੇ ਲੈ ਆਓ, ਉਹਨੂੰ ਵੀ ਲੈ ਕੇ ਆਓ। ਕੋਈ ਯਾਨੀ ਕਿ ਕੋਈ ਇੱਥੇ ਯਾਨੀ ਕਿ ਖਿਲਾਰ ਕੇ ਜਾਂਦਾ ਬਾਈਕ ਜਾਂ ਤੁਸੀਂ ਖੋਦੇ? ਨਹੀਂ ਬਾਈ, ਇਹ ਸਾਰੇ ਆਪਣੇ ਪਰਚੇਸਡ ਹੈ। ਅੱਛਾ ਜੀ। ਦੂਜੀ ਚੀਜ਼, ਕੋਈ ਵੀ ਕਸਟਮਰ ਆਏਗਾ ਕਿਸੇ ਵੀ ਕਸਟਮਰ ਨੂੰ ਕੋਈ ਕਮਿਸ਼ਨ ਨਹੀਂ ਦੇਣੀ ਪਏਗੀ। ਆਹ ਬਾਈਕ ਹੁਣ ਜਿਵੇਂ ਉਹ ਖੜਾ ਮੇਰੇ ਕੋਲ 800 ਕਿਲੋਮੀਟਰ ਚੱਲਿਆ, ਉਹ ਸਭ ਤੋਂ 400 ਕਿਲੋਮੀਟਰ ਵੀ ਚੱਲਿਆ 23 ਮਾਡਲ ਖੜਾ। ਇਸ ਬਾਈਕ ਦੀ ਡਿਮਾਂਡ ਬਹੁਤ ਆ ਰਹੀ ਹੈ ਅੱਜ ਕੱਲ੍ਹ, 23 ਮਾਡਲ ਦੀ, 22 ਮਾਡਲ ਦੀ, 21 ਮਾਡਲ ਦੀ, ਇਹਨਾਂ ਦੀ ਡਿਮਾਂਡ 400-800 ਕਿਲੋਮੀਟਰ। ਹਾਂਜੀ, ਐਕਚੁਅਲ ਜੇ ਦੱਸ ਕੇ ਤਾਂ ਦੇਣਾ ਪੈਂਦਾ ਕਸਟਮਰ ਨੂੰ, ਬਾਹਰ ਜਾ ਕੇ ਵੀ ਤਾਂ ਪਤਾ ਲੱਗੂਗਾ ਨਾ ਭਾਈ, ਬਾਹਰ ਜਾ ਕੇ ਫਿਰ ਆਪਣੇ ਕਾਊਂਟਰ ਦੀ ਗੁਡਵਿਲ ਖਰਾਬ ਹੁੰਦੀ। ਪੁਰਾਣੇ ਕਹੇ ਜਾਣ ਵਾਲੇ ਲੇਕਿਨ ਬਿਲਕੁਲ ਨਵੇਂ ਬੁਲਟ ਤੇ ਵੀਰ ਨੇ ਅੰਦਰ, ਮੈਂ ਕਹਿੰਦਾ ਵੀ ਐਂ ਲਾਈਨਾਂ ਲਾਈਆਂ ਹੋਈਆਂ ਨੇ, ਕਲਾਸਿਕ ਕੀ ਤੇ ਸਟੈਂਡਰਡ ਕੀ, ਤੇ ਮੈਂ ਕਹਿੰਦਾ ਵੀ ਵੀਰ ਨਾਲ ਗੱਲ ਕਰਦੇ ਹਾਂ ਕਿ ਇਹ ਜਿਹੜੇ ਬੁਲਟ ਨੇ ਇਹ ਤੁਸੀਂ ਆਸਾਨ ਕਿਸ਼ਤਾਂ 'ਤੇ ਕਿਵੇਂ ਦਿੰਦੇ ਹੋ, ਉੱਤੇ ਤੁਸੀਂ ਨੰਬਰ ਨੋਟ ਕਰ ਸਕਦੇ ਹੋ, ਤੁਹਾਨੂੰ ਥੋੜ੍ਹਾ ਜਿਹਾ ਅਸੀਂ ਆਈਡੀਆ ਇੱਕ ਦੇ ਦਈਏ ਅੰਦਰ ਵੀਰ ਨਾਲ ਗੱਲ ਕਰਦੇ ਹਾਂ ਕਿ ਕਿਸ ਰੇਂਜ ਦੇ ਵਿੱਚ ਇਹ ਬੁਲਟ ਹੈਗੇ ਨੇ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਮਾੜਾ ਜਿਹਾ ਦੱਸਿਓ ਵੀ ਇਹ ਕੰਮ ਕਿੰਨਾ ਕੁ ਪੁਰਾਣਾ ਤੁਹਾਡਾ, ਅਤੇ ਉਸ ਤੋਂ ਬਾਅਦ ਸਾਨੂੰ ਨਾ ਥੋੜ੍ਹਾ ਜਿਹਾ ਇੱਕ ਆਈਡੀਆ ਦੇ ਦਿਓ ਯਾਨੀ ਕਿ ਕਿਹੜੇ ਮਾਡਲ ਦਾ ਕਿਸ ਰੇਂਜ 'ਚ ਮਿਲ ਸਕਦਾ। ਪਹਿਲੀ ਗੱਲ ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਸਾਡਾ ਜਿਹੜਾ ਕੰਮ ਹੈ 20 ਸਾਲ ਪੁਰਾਣਾ। ਅੱਛਾ ਜੀ। ਤੇ ਸਿਰਫ ਸਾਡਾ ਬੁਲਟ ਦਾ ਕੰਮ ਹੈ, ਹੋਰ ਕੋਈ ਚੀਜ਼ ਦਾ ਕੰਮ ਨਹੀਂ। ਠੀਕ ਹੈ ਜੀ। ਬੁਲਟ 'ਚ ਸਾਡੇ ਕੋਲ ਪੁੱਠੇ ਗਿਰਾਣੇ ਵੀ ਮਿਲ ਜਾਣਗੇ। ਅੱਛਾ ਜੀ। ਸਿੱਧੇ ਗਿਰਾਣੇ ਵੀ ਮਿਲ ਜਾਣਗੇ। ਠੀਕ ਹੈ। ਨਵੇਂ ਨਿਊ ਵੀ ਮਿਲ ਜਾਣਗੇ, ਜਿਵੇਂ ਹੁਣ ਆਹ ਜੇ ਸੀਰੀਜ਼ ਇੰਜਨ ਲਾਂਚ ਹੋਇਆ ਹੁਣ ਨਵਾਂ, ਆਹ ਤਾਂ ਬਿਲਕੁਲ ਹੀ ਨਵਾਂ, 4 ਮੰਥ ਹੋਲਡ ਹੈ ਸਿਰਫ, 4 ਮਹੀਨੇ ਪੁਰਾਣਾ, ਮਤਲਬ ਨਵਾਂ ਮਿਲ ਜਾਏਗਾ। 99 ਮਾਡਲ ਵੀ ਮਿਲ ਜਾਏਗਾ, 11-12 ਤੋਂ ਲੈ ਕੇ 24 ਤੱਕ। ਸਾਲ ਦੀ ਘੱਟ ਚੱਲੇ ਆ, ਕੋਈ ਇਹ ਨਹੀਂ ਵੀ ਮੀਟਰ ਟੈਂਪਰਿੰਗ ਹੈ ਕਿਸੇ ਬਾਈਕ ਦਾ ਜਾਂ ਕੋਈ ਬਾਈਕ ਐਕਸੀਡੈਂਟਲ ਹੈ, ਕਿਉਂਕਿ ਮਸ਼ੀਨਰੀ ਵੱਡੀ ਹੈ। ਇਹ ਨਾ ਪਤਾ ਮੈਨੂੰ ਇਕੁਅਲ ਲੱਗਦਾ ਹੁੰਦਾ ਕਿ ਪੁਰਾਣਾ ਆਈਫੋਨ ਲੈਣਾ ਤੇ ਪੁਰਾਣਾ ਯਾਨੀ ਕਿ ਬੁਲਟ ਲੈਣਾ। ਬਿਲਕੁਲ। ਵੀ ਜੇ ਤੇ ਨੁਕਸ ਨਾ ਹੋਇਆ ਤੇ ਕੋਈ ਚੱਕਰ ਹੀ ਨਹੀਂ, ਜੇ ਹੋਇਆ ਤੇ ਫਿਰ ਉਹ ਯਾਨੀ ਕਿ ਲੀਕਾਂ ਕਢਾ ਦੇ। ਬਾਕੀ ਦੇਖੋ, ਯੂਜ਼ਡ ਚੀਜ਼ ਦੀ ਕੋਈ ਵੀ ਮਾਰਕੀਟ 'ਚ ਕੋਈ ਯੂਜ਼ਡ ਚੀਜ਼ ਪਰਚੇਸ ਕਰਦਾ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਲੈਂਦਾ। ਹਾਂਜੀ। ਬਟ ਸਾਡੇ ਕਾਊਂਟਰ ਦੀ ਨਾ 1 ਮੰਥ ਦੀ ਹਰ ਇੱਕ ਬਾਈਕ ਦੀ ਇੰਜਨ ਦੀ ਜ਼ਿੰਮੇਵਾਰੀ ਹੈ। ਇੰਜਨ ਦੀ ਜ਼ਿੰਮੇਵਾਰੀ। ਅੱਛਾ ਜੀ। ਇੰਜਨ ਦੇ ਵਿੱਚ ਕੋਈ ਵੀ ਮੇਜਰ ਫਾਲਟ ਆ ਜੇ, ਜਿਵੇਂ ਮੰਨ ਲਓ ਪਿਸਟਨ ਦਾ, ਕੋਈ ਰਿੰਗ ਦਾ, ਕੋਈ ਧੂਆਂ ਮਾਰ ਜਾਂਦਾ ਹੈ, ਮੇਨ ਤੇ ਹੀ ਹੁੰਦਾ ਹੈ। 1 ਮੰਥ ਦਾ ਤੁਹਾਨੂੰ ਹਰ ਇੱਕ ਚੀਜ਼ ਦੀ ਜ਼ਿੰਮੇਵਾਰੀ ਮਿਲੇਗੀ। ਕੋਈ ਮੋਟਰਸਾਈਕਲ ਐਕਸੀਡੈਂਟਲ ਨਹੀਂ ਹੋਏਗਾ ਮੇਰੇ ਕਾਊਂਟਰ ਤੇ ਕੋਈ ਵੀ ਬਾਈਕ। ਹਾਂ, ਕਿਸੇ ਬਾਈਕ ਦਾ ਇੱਕ ਅੱਧਾ ਪੀਸ ਜਿਵੇਂ ਰੀਪੇਂਟਡ ਹੁੰਦਾ, ਹਾਂਜੀ, ਤਾਂ ਅਸੀਂ ਦੱਸ ਕੇ ਦਿੰਦੇ ਹਾਂ ਕਸਟਮਰ ਨੂੰ। ਠੀਕ ਹੈ। ਸਪੋਜ਼ ਜਿਵੇਂ ਯਾਰ ਕਿਸੇ ਬਾਈਕ ਦਾ ਮੰਨ ਲਓ ਆਇਆ, ਇਹਦਾ ਮਰਕਾਰ ਰੀਪੇਂਟਡ ਹੈ। ਹਾਂਜੀ ਹਾਂ, ਬਿਲਕੁਲ। ਮੈਂ ਇਹ ਦੱਸ ਦੇਣਾ ਵੀ ਇਹਦਾ ਮਰਕਾਰ ਪੇਂਟ ਹੈ, ਬਾਕੀ ਸਾਰਾ ਓਰੀਜਨਲ ਹੈ। ਐਕਚੁਅਲ ਜੇ ਦੱਸ ਕੇ ਤਾਂ ਦੇਣਾ ਪੈਂਦਾ ਕਸਟਮਰ ਨੂੰ, ਬਾਹਰ ਜਾ ਕੇ ਵੀ ਤਾਂ ਪਤਾ ਲੱਗੂਗਾ ਨਾ ਭਾਈ, ਬਾਹਰ ਜਾ ਕੇ ਫਿਰ ਆਪਣੇ ਕਾਊਂਟਰ ਦੀ ਗੁਡਵਿਲ ਖਰਾਬ ਹੁੰਦੀ। ਇਹ ਕਾਰੋਬਾਰ ਚੱਲਦਾ ਭਰੋਸੇ ਦੇ ਸਿਰ। ਬਿਲਕੁਲ ਬਿਲਕੁਲ। ਮੇਰਾ ਕਸਟਮਰ ਡੀਲਿੰਗ ਜਿਹੜਾ ਕੰਮ ਹੈ ਆਪਣਾ ਰੈਫਰੈਂਸ ਤੇ ਹੈ। ਰੈਫਰੈਂਸ ਤੇ ਹੈ ਮੇਰਾ। ਅੱਜ ਇੱਕ ਬੰਦੇ ਨੂੰ ਮੈਂ ਬੁਲਟ ਸਹੀ ਦਊਂਗਾ, ਉਹ 10 ਬੰਦੇ ਨੂੰ ਰੈਫਰੈਂਸ ਦੇਗਾ, ਕੰਮ ਹੀ ਰੈਫਰੈਂਸ ਤੇ। ਤੇ ਇਹ ਜਿਵੇਂ ਕਲਾਸਿਕ ਖੜੇ ਨੇ, ਜ਼ਿਆਦਾ ਡਿਮਾਂਡ ਹੈ ਤੁਹਾਡੇ ਹਿਸਾਬ ਨਾਲ? ਐਕਚੁਅਲ ਜੀ ਡਿਮਾਂਡ ਤਾਂ ਸਾਰੀ ਸਟੈਂਡਰਡ ਦੀ ਹੈ। ਠੀਕ ਹੈ। ਡਿਮਾਂਡ ਜ਼ਿਆਦਾ BS4 ਦੀ ਮਾਡਲ ਦੀ ਜ਼ਿਆਦਾ ਕਰ ਰਹੇ ਕਸਟਮਰ ਆ ਕੇ। BS4 ਜਿਹੜੇ ਲਾਉਂਦੇ ਆ BS4 ਦੇ ਸਟੈਂਡਰਡ ਚ। ਠੀਕ ਹੈ। ਜਿਵੇਂ ਹੁਣ BS6 ਆ ਗਏ, ਡਿਮਾਂਡ ਤਾਂ ਇਹਦੀ ਵੀ ਆ ਰਹੀ ਹੈ। ਹਾਂਜੀ ਹਾਂਜੀ, ਕਿਉਂਕਿ ਸਾਨੂੰ ਤਾਂ ਦੇਖੋ ਹਰ ਚੀਜ਼ ਰੱਖਣੀ ਪੈਂਦੀ ਹੈ। ਰੱਖਣੀ। 70,000 ਤੋਂ ਲੈ ਕੇ 2.5 ਲੱਖ ਤੱਕ ਦਾ ਮਾਰਕੀਟ ਬੁਲਟ ਖੜਾ ਆਪਣੇ ਕੋਲ ਖੜਾ ਹੈ। ਜਿਹੜਾ ਮਾਡਲ ਕਸਟਮਰ ਮੰਗੇਗਾ ਹਰ ਇੱਕ ਮਾਡਲ ਹੈਗਾ ਮੇਰੀ ਕਾਊਂਟਰ ਤੇ। ਤੁਸੀਂ ਇਦਾਂ ਦਾ ਕੋਈ ਵੀ ਬਾਈਕ ਤੁਸੀਂ ਆਪ ਨਿਗਾਹ ਮਾਰ ਵੀ ਲਓ, ਕਸਟਮਰ ਆ ਕੇ ਵੀ ਦੇਖਣਗੇ ਖੁਦ। ਬਿਲਕੁਲ। ਕੋਈ ਵੀ ਇਦਾਂ ਦਾ ਮੋਟਰਸਾਈਕਲ ਨਹੀਂ ਹੈਗਾ ਵੀ ਕੋਈ ਜਿਵੇਂ ਰੀਪੇਂਟਡ ਹੈ ਜ਼ਿਆਦਾ ਜਾਂ ਜ਼ਿਆਦਾ ਚੱਲੇ ਹੋਏ ਹੈ। ਆਹ ਬਾਈਕ ਹੁਣ ਜਿਵੇਂ ਉਹ ਖੜਾ ਮੇਰੇ ਕੋਲ 800 ਕਿਲੋਮੀਟਰ ਚੱਲਿਆ, ਉਹ ਸਭ ਤੋਂ 400 ਕਿਲੋਮੀਟਰ ਵੀ ਚੱਲਿਆ 23 ਮਾਡਲ ਖੜਾ। ਇਸ ਬਾਈਕ ਦੀ ਡਿਮਾਂਡ ਬਹੁਤ ਆ ਰਹੀ ਹੈ ਅੱਜ ਕੱਲ੍ਹ, 23 ਮਾਡਲ ਦੀ, 22 ਮਾਡਲ ਦੀ, 21 ਮਾਡਲ ਦੀ, 400-800 ਕਿਲੋਮੀਟਰ। ਹਾਂਜੀ ਬਿਲਕੁਲ ਬਿਲਕੁਲ ਬਿਲਕੁਲ। ਉਹ 2100 ਕਿਲੋਮੀਟਰ ਚੱਲਿਆ। ਠੀਕ ਹੈ। ਕੋਈ 5,000 ਕਿਲੋਮੀਟਰ ਚੱਲਿਆ, ਕੋਈ 10,000 ਕਿਲੋਮੀਟਰ ਚੱਲਿਆ, ਮਤਲਬ 70,000 ਰੁਪਏ ਤੋਂ ਲੈ ਕੇ ਆਪਣੇ ਕੋਲ 2.5 ਲੱਖ ਤੱਕ ਸਾਰੇ ਹੀ ਬੁਲਟ ਅਵੇਲੇਬਲ ਹੈ। ਔਰ 1-1 ਮਾਡਲ ਦੇ ਵਿੱਚ ਜਿਵੇਂ ਮੰਨ ਲਓ ਕਸਟਮਰ ਡਿਮਾਂਡ ਕਰਦਾ 18 ਮਾਡਲ ਦੀ, ਹਾਂਜੀ ਹਾਂਜੀ, ਆਪਾਂ 18 ਦੇ ਵਿੱਚ ਉਹਨਾਂ ਨੂੰ 3-4 ਆਪਸ਼ਨਾਂ ਮਿਨੀਮਮ ਦੇਵਾਂਗੇ। 18 ਦੇ ਵਿੱਚ ਵੀ ਮਤਲਬ 4-5 ਦੇ ਵਿੱਚ ਵੀ 4-5 ਆਪਸ਼ਨਾਂ
ਕੋਈ ਵੱਧ ਚੱਲਿਆ ਵਿੱਚ ਵੀ ਚਾਰ ਪੰਜ ਆਪਸ਼ਨਾਂ ਉਹ ਰੇਟ ਦੇ ਵਿੱਚ ਡਿਫਰੈਂਸ ਹੋ ਸਕਦਾ ਕੋਈ ਘੱਟ ਚੱਲਿਆ ਕੋਈ ਵੱਧ ਚੱਲਿਆ ਹਰ ਇੱਕ ਮਾਡਲ 'ਚ ਤਿੰਨ ਆਪਸ਼ਨਾਂ ਅਵੇਲੇਬਲ ਹੋਣਗੀਆਂ ਐਕਸਚੇਂਜ ਦੀ ਆਪਸ਼ਨ ਵੀ ਹੈਗੀ ਬਿਲਕੁਲ ਹੈਗੀ ਹੈ ਵੀਰੇ ਬਿਲਕੁਲ ਹੈਗੀ ਆ ਉਹਦੇ ਵਿੱਚ ਜਿਹੜੀ ਐਕਸਚੇਂਜ ਦੀ ਆਪਸ਼ਨ ਹੈ ਉਹਦੇ ਵਿੱਚ ਤੁਸੀਂ ਸਾਨੂੰ ਕੋਈ ਵੀ ਚੀਜ਼ ਦੇ ਸਕਦੇ ਹੋ ਇਹ ਨਹੀਂ ਵੀ ਸਾਡਾ ਵੈਸੇ ਕੰਮ ਬੁਲਟ ਦਾ ਹੀ ਹੈ ਬੁਲਟ ਦਾ ਅੱਛਾ ਹੈ ਬਟ ਉਹਦੇ 'ਚ ਅਸੀਂ ਐਕਟਿਵਾ ਵੀ ਡੀਲ ਕਰ ਲੈਂਦੇ ਹਾਂ ਸਪਲੈਂਡਰ ਵੀ ਤੁਸੀਂ ਕਟਿੰਗ ਕਰਾ ਸਕਦੇ ਹੋ ਜੋ ਮਰਜ਼ੀ ਕਰਾ ਸਕਦੇ ਇਹ ਚੀਜ਼ ਵਧੀਆ ਜਿਵੇਂ ਮੈਂ ਵੀ ਆਇਆ ਨਾ ਜਿਵੇਂ ਤੁਸੀਂ ਤੁਹਾਡੇ ਆਉਣ ਤੋਂ ਪਹਿਲਾਂ ਮੈਂ ਦੇਖ ਰਿਹਾ ਸੀ ਮਤਲਬ ਇੱਕ ਯਾਨੀ ਕਿ ਆਈਡੀਆ ਹੋ ਜਾਂਦਾ ਬੰਦੇ ਨੂੰ ਕਿ ਕਿੰਨਾ ਪਤਾ ਲੱਗ ਜਾਂਦਾ ਭਾਜੀ ਜੇ ਮੇਰੇ ਕੋਲ ਕਸਟਮਰ ਸੇਲ ਕਰਨ ਵੀ ਆਉਂਦਾ ਨਾ ਚੀਜ਼ ਹਾਂਜੀ ਉਹਨੂੰ ਵੀ ਆਈਡੀਆ ਹੋ ਜਾਂਦਾ ਵੀ ਮੇਰਾ ਚੀਜ਼ ਦਾ ਮੁੱਲ ਇੰਨਾ ਹੈਗਾ ਇੱਕ ਚੀਜ਼ ਹੋਰ ਮੈਂ ਨੋਟ ਕਰ ਰਿਹਾ ਸੀ ਕਿ ਸਾਰਿਆਂ ਦੀ ਅਲਾਏ ਇਦਾਂ ਅਲਾਏ ਸਾਰੇ ਹੋਏ ਨੇ ਨਾ ਮੈਂ ਬਾਈਕ ਕੋਈ ਵੀ ਸੇਲ ਕਰਦੇ ਅਲਾਏ ਪਏ ਹੁੰਦੇ ਹਰ ਇੱਕ ਬਾਈਕ 'ਚ ਅਲਾਏ ਹੋਣਗੇ ਹਾਂ ਇਹ ਵੀ ਹੈ ਰੇਟ ਆ ਜੋ ਰੇਟ ਹੋ ਗਿਆ ਕੋਈ ਕਮਿਸ਼ਨ ਦੇਣੀ ਪਏਗੀ ਸਿੱਧਾ ਜੋ ਸਾਡੇ ਨਾਲ ਡਾਇਰੈਕਟ ਡੀਲ ਹੈ ਡੀਲ ਹੋਊਗੀ ਉਸ ਤੋਂ ਬਾਅਦ ਕੋਈ ਕਮਿਸ਼ਨ ਨਹੀਂ ਲੱਗਣੀ ਨਾ 1000 ਨਾ 2000 ਕੋਈ ਕਮਿਸ਼ਨ ਨਹੀਂ ਲੱਗਣੀ ਬਸ ਠੀਕ ਬਸ ਸਾਡੀ ਇੱਕੋ ਹੀ ਸ਼ਰਤ ਹੈ ਬਾਈਕ ਸੇਲ ਕਰਨ ਦੀ ਹਾਂਜੀ ਇੱਕ ਤਾਂ ਅਸੀਂ ਪੰਜਾਬ ਤੋਂ ਬਾਹਰ ਡੀਲ ਨਹੀਂ ਕਰਦੇ ਪੂਰੇ ਪੰਜਾਬ 'ਚ ਜਿੱਥੇ ਮਰਜ਼ੀ ਕਰ ਸਕਦੇ ਹਾਂ ਦੂਜੀ ਚੀਜ਼ ਅਸੀਂ ਟ੍ਰਾਂਸਫਰ ਕਰਾਏ ਬਿਨਾਂ ਨਹੀਂ ਦੇ ਸਕਦੇ ਹਾਂ ਮੈਂ ਮੇਰਾ ਅਗਲਾ ਸਵਾਲ ਸੀ ਵੀ ਜੇ ਕਿਸੇ ਆ ਗਿਆ ਕਿ ਨਾਂ ਨੂੰ ਕੌਣ ਕਰਾ ਕੇ ਦਿੰਦਾ ਸਭ ਕੁਝ ਮੈਂ ਕਰਕੇ ਦੇਵਾਂਗਾ ਚਾਹੇ ਤੁਸੀਂ ਕਸਟਮਰ ਤੁਸੀਂ ਉਹ ਅੰਮ੍ਰਿਤਸਰ ਤੋਂ ਆਏ ਹੋ ਹਾਂਜੀ ਮੈਂ ਤੁਹਾਡੇ ਨਾਲ ਉਹੀ ਟੇਬਲ 'ਤੇ ਹੋਣੀ ਹੈ ਸਾਰੀ ਫਾਰਮੈਲਿਟੀ ਹਾਂਜੀ ਤੁਸੀਂ ਕਿਤੇ ਆਉਣਾ ਨਹੀਂ ਕਿਤੇ ਜਾਣਾ ਨਹੀਂ ਠੀਕ ਆਰ ਸੀ ਦੇ ਜੇ ਟ੍ਰਾਂਸਫਰ ਦੇ ਪੈਸੇ ਉਹ ਵੱਖਰੇ ਹੁੰਦੇ ਆ ਉਹ ਯਾਰ ਇੱਕ ਮਾਡਲ ਵੀ ਮੇਰੇ ਕੋਲ ਖੜਾ ਹੈ ਹਾਂ 98 ਮਾਡਲ ਵੀ ਮਿਲ ਜਾਏਗਾ 99 ਮਾਡਲ ਵੀ ਮਿਲ ਜਾਏਗਾ ਠੀਕ ਹੈ ਸਾਰੇ ਹਰ ਇੱਕ ਮਾਡਲ ਅਵੇਲੇਬਲ ਹੈ ਜਿਵੇਂ ਉਹ ਮੇਰੇ ਕੋਲ ਬਾਹਰ ਖੜਾ ਬਾਈਕ ਹਾਂਜੀ ਬੁਲਟ ਨੂੰ ਥੰਡਰਬਰਡ ਕਹਿੰਦੇ ਆ 2014 ਮਾਡਲ ਹੈ ਸੈਲਫ ਸਟਾਰਟ ਹੈ ਹਾਂਜੀ ਡਿਸਕ ਬ੍ਰੇਕ ਹੈ ਠੀਕ ਹੈ ਇਹ 70,000 ਰੁਪਏ ਦੇ ਦਾਂਗੇ ਆਪਾਂ ਅੱਛਾ ਔਰ ਇਸ ਬਾਈਕ ਦੀ ਵੀ ਇੱਕ ਮਹੀਨੇ ਦੀ ਜ਼ਿੰਮੇਵਾਰੀ ਹੈ ਇਹ ਨਹੀਂ ਵੀ ਇਹ ਸਸਤਾ ਇਹਦੀ ਜ਼ਿੰਮੇਵਾਰੀ ਨਹੀਂ ਇਹਦੇ ਇੰਜਨ ਦੀ ਇੱਕ ਮੰਥ ਦੀ ਜ਼ਿੰਮੇਵਾਰੀ ਇਹਦੀ ਵੀ ਉਸ ਤੋਂ ਬਾਅਦ ਕਸਟਮਰ ਆਪਣਾ ਕੋਈ ਵੀ ਮਕੈਨਿਕ ਵੀ ਨਾਲ ਲਿਆ ਸਕਦਾ ਉਰੇ ਆਪਣਾ ਚੈੱਕ ਕਰਾ ਕੇ ਚੈੱਕ ਕਰਾ ਕੇ ਲਵੇ ਉਸ ਤੋਂ ਬਾਅਦ ਵੀ ਸਾਡੀ ਇੱਕ ਮਹੀਨੇ ਦੀ ਜ਼ਿੰਮੇਵਾਰੀ ਹੈ ਇਹ ਦੱਸਿਓ ਕਿ ਜਿਹੜਾ ਤੁਸੀਂ ਕਿਹਾ ਕਿ ਆਸਾਨ ਕਿਸ਼ਤਾਂ 'ਤੇ ਵੀ ਉਹਦਾ ਤੁਸੀਂ ਖੁਦ ਫਾਈਨਾਂਸ ਕਰਦੇ ਜਾਂ ਨਾਲ ਕੋਈ ਬੈਂਕ ਨਾਲ ਟਾਈ ਅਪ ਇਹ ਐਵੇਂ ਆ ਦੇਖੋ ਬਸ ਜਿਹੜਾ ਪ੍ਰਾਈਵੇਟ ਫਾਈਨੈਂਸਰ ਹੁੰਦਾ ਹਾਂਜੀ ਪ੍ਰਾਈਵੇਟ ਫਾਈਨੈਂਸਰ ਦਾ ਵਿਆਜ ਬਹੁਤ ਜ਼ਿਆਦਾ ਹੁੰਦਾ ਹਾਂਜੀ ਕਸਟਮਰ ਵਿਆਜ ਭਰ ਕੇ ਹੀ ਤੰਗ ਹੋ ਜਾਂਦਾ ਹਾਂਜੀ ਠੀਕ ਹੈ ਮੇਰੀ ਜਿਹੜੀ ਹੈਗੀ ਹੈ ਮੈਂ IDFC ਬੈਂਕ ਦਾ ਮੇਰਾ ਕੋਡ ਹੈ ਅੱਛਾ ਠੀਕ ਹੈ ਮੈਂ IDFC ਬੈਂਕ ਤੋਂ ਡਾਇਰੈਕਟ ਲੋਨ ਕਰਾ ਕੇ ਦਿੰਦਾ IDFC ਬੈਂਕ ਦੀ ਐਪ ਤੁਹਾਡੇ ਫੋਨ ਦੇ ਵਿੱਚ ਬਣ ਜੂਗੀ ਠੀਕ ਹੈ ਉਹਦੇ ਵਿੱਚ ਤੁਹਾਡਾ ਸਾਰਾ ਪਤਾ ਲੱਗ ਜਾਏਗਾ ਤੁਹਾਨੂੰ ਇੰਨਾ ਵਿਆਜ ਲੱਗ ਰਿਹਾ ਕਿੰਨੀ ਤੁਹਾਡੀ ਕਿਸ਼ਤ ਹੈ ਇਹਦੇ 'ਚ ਕੋਈ ਵੀ ਹਿਡਨ ਚਾਰਜ ਨਹੀਂ ਹੋਏਗਾ ਕਿਸ਼ਤਾਂ ਚਾਹੇ 12 ਮਹੀਨੇ 18 ਮਹੀਨੇ 2 ਸਾਲ ਤੱਕ 2 ਸਾਲ ਉੱਚੇ ਮਾਮਲੇ 3 ਸਾਲ ਵੀ ਕਰ ਦਿੰਦੇ ਪਰ ਥੋੜ੍ਹਾ ਜਿਹਾ ਇੱਕ ਕਸਟਮਰ ਦਾ ਇਹ ਕੁਐਸਚਨ ਰਹਿੰਦਾ ਵੀ ਤੁਹਾਨੂੰ ਕੈਸ਼ ਡਾਊਨ ਪੇਮੈਂਟ ਕਿੰਨੀ ਦੇਣੀ ਪਏਗੀ ਹਾਂ ਇਹ ਵੀ ਹੈ ਕੈਸ਼ ਡਾਊਨ ਪੇਮੈਂਟ ਮਿਨੀਮਮ ਜਿਹੜੀ ਹੈਗੀ ਹੈ ਬੈਂਕ ਇੱਕ ਤਾਂ ਲੋਨ ਜਿਹੜਾ ਹੁੰਦਾ ਹੈ 16 ਮਾਡਲ ਤੋਂ ਉੱਪਰ ਦੇ ਬਾਈਕ ਤੇ ਹੋਏਗਾ 16 ਮਾਡਲ ਤੋਂ ਉੱਤੇ ਦੇ ਬਾਈਕ ਤੇ ਹੋਏਗਾ ਠੀਕ ਹੈ ਮਤਲਬ 16 ਮਾਡਲ ਤੋਂ ਨੀਚੇ ਜਿਹੜਾ ਲੋਨ ਹੁੰਦਾ ਉਹ ਪ੍ਰਾਈਵੇਟ ਫਾਈਨੈਂਸਰ ਤੋਂ ਕਰਵਾ ਕੇ ਦਿੰਦੇ ਆ ਠੀਕ ਹੈ ਤੇ ਜਿਹੜਾ ਐਡਵਾਂਸ ਆਪਾਂ ਨੂੰ ਦੇਣਾ ਪੈਂਦਾ 16 ਮਾਡਲ ਤੋਂ ਉੱਪਰ ਦਾ ਲੋਨ ਹੁੰਦਾ ਘੱਟੋ ਘੱਟ ਮਿਨੀਮਮ 60,000 ਰੁਪਏ ਐਡਵਾਂਸ ਲੱਗੇਗਾ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀ ਰਹਿੰਦੀ ਅਮਾਊਂਟ ਹੋਏਗੀ ਉਹਦੀ ਕਿਸ਼ਤਾਂ ਬਣਾਉਂਦੇ ਆ ਦੂਸਰੀ ਚੀਜ਼ ਬੁਲਟ ਮੰਨ ਲਓ ਸਪੋਜ਼ ਅੱਜ ਤੁਸੀਂ ਮੇਰੇ ਤੋਂ 1 ਲੱਖ ਰੁਪਏ ਦਾ ਲੈ ਕੇ ਜਾਂਦੇ ਹੋ ਹਾਂਜੀ ਕੋਈ ਵੀ ਮੋਟਰਸਾਈਕਲ 1 ਲੱਖ ਰੁਪਏ ਦਾ ਸਪੋਜ਼ ਕਰ ਲਓ ਤੁਸੀਂ ਮੇਰੇ ਤੋਂ ਲੈ ਗਏ ਹੋ ਠੀਕ ਹੈ ਮੈਂ ਆਪਣੀ ਦੁਕਾਨ ਦੀ ਰਸੀਦ ਬੁੱਕ ਤੇ ਤੁਹਾਨੂੰ ਲਿਖ ਕੇ ਦਵਾਂਗਾ 15,000 ਘਟਾ ਕੇ ਮਨੀ ਬੈਕ ਗਰੰਟੀ ਹੈ ਜਦੋਂ ਮਰਜ਼ੀ ਮੇਰੇ ਤੋਂ ਪੈਸੇ ਲੈ ਕੇ ਜਾ ਸਕਦੇ ਅੱਛਾ ਕੈਸ਼ ਮੈਂ ਕਹਿੰਦਾ ਜੀ ਕਿਸੇ ਤਰ੍ਹਾਂ ਦਾ ਕੋਈ ਲੂਪ ਹੋਲ ਵੀਰ ਨੇ ਛੱਡੇ ਨਹੀਂ ਮੈਂ ਜਿਹੜੇ ਸਵਾਲ ਕਰਨੇ ਸੀ ਵੀਰ ਨੇ ਤਾੜ ਤਾੜ ਕਰਕੇ ਜਵਾਬ ਦੇ ਦਿੱਤੇ ਨੇ ਵੀ ਕਿਵੇਂ ਦਓਗੇ ਬੁਲਟ ਕਿਤੇ ਤੋਂ ਲੋਨ ਕਰਾਓਗੇ ਕਿੰਨੀ ਗਰੰਟੀ ਮਿਲੇਗੀ ਠੀਕ ਹੈ ਵੀਰ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਗੱਲ ਕਰਕੇ ਬੜਾ ਵਧੀਆ ਲੱਗਾ